ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਕੜੀ ਪੁਲਿਸ ਸੁਰੱਖਿਆ ਦੇ ਵਿੱਚ ਮੋਹਾਲੀ ਕੋਰਟ ਲਿਆਂਦਾ ਗਿਆ ਸ਼ਾਤਰ ਗੈਂਗਸਟਰ ਸੰਪਤ ਨਹਿਰਾ। ਸੰਪਤ ਨਹਿਰਾ ਦੇ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਲਾਰੈਂਸ ਬਿਸ਼ਨੋਈ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ ਸੰਪਤ ਨਹਿਰਾ। ਸੰਪਤ ਨਹਿਰਾ ਨੂੰ ਬਨੂੜ 'ਚ ਹੋਏ ਕਤਲ ਕੇਸ ਦੇ ਵਿੱਚ ਅੱਜ ਕੋਰਟ 'ਚ ਲਿਆਂਦਾ ਗਿਆ ਸੀ, ਕਿਉਂਕਿ ਇਸ ਮਾਮਲੇ 'ਚ ਚਾਰਜ ਫਰੇਮ ਹੋਣੇ ਸੀ। ਪੁਲਿਸ ਨੇ ਪੱਕੇ ਸੁਰੱਖਿਆ ਦੇ ਇੰਤਜ਼ਾਮਾਤ ਕੀਤੇ ਸੀ, ਕਿਉਂਕਿ ਇਹ ਇੱਕ ਕੁਖਿਆਤ ਗੈਂਗਸਟਰ ਹੈ ਅਤੇ ਇਸ ਦੇ ਚੱਲਦਿਆਂ ਇਸ ਦੀ ਕੜੀ ਸੁਰੱਖਿਆ ਦੀ ਜ਼ਿੰਮੇਵਾਰੀ ਮੋਹਾਲੀ ਪੁਲਿਸ ਦੇ ਸਿਰ 'ਤੇ ਸੀ। ਸੰਪਤ ਨਹਿਰਾ ਨੂੰ ਆਖਿਰਕਾਰ ਕੜੀ ਸੁਰੱਖਿਆ 'ਚ ਲੈ ਕੇ ਮੋਹਾਲੀ ਕੋਰਟ ਪਹੁੰਚੀ ਸੀ ਪੁਲਿਸ, ਪਰ ਇਸ ਦੌਰਾਨ ਪੁਲਿਸ ਨਿਰਾਸ਼ ਹੋ ਗਈ, ਕਿਉਂਕਿ ਅਦਾਲਤ ਦੀ ਪ੍ਰੋਸੀਡਿੰਗ ਨਹੀਂ ਹੋ ਸਕੀ, ਕਿਉਂਕਿ ਜੇਲ੍ਹ ਅਥਾਰਟੀ ਨੇ ਇਸ ਮਾਮਲੇ ਦੇ ਵਿੱਚ ਕੁਝ ਸਾਥੀ ਆਰੋਪੀਆਂ ਨੂੰ ਪੇਸ਼ ਨਹੀਂ ਸੀ ਕੀਤਾ, ਜਿਸ ਦੇ ਚੱਲਦਿਆਂ ਹੁਣ ਚਾਰਜ ਫਰੇਮ ਹੋਣ ਦੀ ਤਾਰੀਖ ਵਧਾ ਦਿੱਤੀ ਗਈ ਹੈ। ਯਾਨੀ ਕਿ ਅੱਜ ਦਾ ਗੇੜਾ ਪੁਲਿਸ ਵਾਸਤੇ ਬੇਕਾਰ ਗਿਆ ਔਰ ਪੁਲਿਸ ਨੂੰ ਇਸ ਦੀ ਸੁਰੱਖਿਆ ਵਾਸਤੇ ਪੁਖਤਾ ਇੰਤਜ਼ਾਮ ਕਰਨੇ ਪੈਂਦੇ ਨੇ। ਭਾਰੀ ਸੰਖਿਆ 'ਚ ਪੁਲਿਸ ਮੁਲਾਜ਼ਮ ਤੈਨਾਤ ਕਰਨੇ ਪੈਂਦੇ ਨੇ। ਇਸ ਦੀ ਸਿਕਿਉਰਿਟੀ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸੰਪਤ ਨਹਿਰਾ ਦੀ ਸਿਕਿਉਰਿਟੀ ਵਾਸਤੇ ਪੁਲਿਸ ਨੂੰ ਕੜੀ ਮੁਸ਼ਕਤ ਦਾ ਸਾਹਮਣਾ ਕਰਨਾ ਪੈਂਦਾ, ਪਰ ਅੱਜ ਅਦਾਲਤ ਦੀ ਪ੍ਰੋਸੀਡਿੰਗ ਨਹੀਂ ਹੋ ਸਕੀ। ਇਸ ਮਾਮਲੇ 'ਚ ਜਲਦ ਹੀ ਚਾਰਜ ਫਰੇਮ ਹੋ ਜਾਣਗੇ। ਤੁਹਾਨੂੰ ਦੱਸੀਏ, ਸੰਪਤ ਨਹਿਰਾ ਲਾਰੈਂਸ ਬਿਸ਼ਨੋਈ ਦਾ ਖਾਸ ਸਾਥੀ ਹੈ। ਲਾਰੈਂਸ ਬਿਸ਼ਨੋਈ ਉਹੀ ਹੈ ਜਿਸ ਨੇ ਸਲਮਾਨ ਖਾਨ ਵਰਗਿਆਂ ਨੂੰ ਵੀ ਨਿਸ਼ਾਨੇ 'ਤੇ ਲਿੱਤਾ ਹੋਇਆ ਸੀ। ਕਿਸ ਮਾਮਲੇ ਦੇ ਵਿੱਚ ਅਤੇ ਕਿਹਨੂੰ ਅੱਜ ਪੇਸ਼ ਕੀਤਾ ਗਿਆ ਸੀ? ਸੰਪਤ ਨਹਿਰਾ ਨੂੰ ਪੇਸ਼ ਕਰਿਆ ਗਿਆ ਅੱਜ। ਬਨੂੜ ਦੇ ਵਿੱਚ 2017 ਦੇ ਵਿੱਚ ਮਰਡਰ ਹੋਇਆ ਸੀ, ਉਹਦੇ ਵਿੱਚ ਪੇਸ਼ ਕੀਤਾ ਗਿਆ। ਕੀ ਸਰ, ਕੀ ਮਾਮਲਾ ਸੀਗਾ, ਕੁਛ ਹੈ ਜਾਣਕਾਰੀ ਜਾਂ? ਜੀ, ਦਸੰਬਰ 2017 ਦੇ ਵਿੱਚ ਇੱਕ ਮਰਡਰ ਹੋਇਆ ਬਨੂੜ ਦੇ ਵਿੱਚ, ਅਤੇ ਉਹਦੇ ਵਿੱਚ ਪੁੰਛੀ ਸੀਗਾ ਕੋਈ ਜਿਹਦਾ ਮਰਡਰ ਹੋਇਆ ਸੀਗਾ। ਉਹਦੇ ਵਿੱਚ ਕੀ ਕੋਰਟ ਦੇ ਵਿੱਚ ਪ੍ਰੋਸੀਡਿੰਗ ਹੋਈ ਹੈ ਅੱਜ ਕੇਸ ਨੂੰ ਲੈ ਕੇ? ਅੱਜ ਕੁਛ ਨਹੀਂ, ਇੱਕ ਐਕਿਊਜ਼ ਜਿਹੜਾ ਹੈਗਾ ਉਹ ਜੇਲ੍ਹ ਅਥਾਰਟੀ ਨੇ ਪੇਸ਼ ਨਹੀਂ ਕੀਤਾ, ਅਤੇ ਉਹਦੇ ਕਰਕੇ ਅੱਗੇ ਜਿਹੜੀ ਐਡਜਰਨਮੈਂਟ 17 ਤਰੀਕ ਦੀ ਲੱਗੀ ਹੈ, 17 ਦਸੰਬਰ ਚਾਰਜ ਵਾਸਤੇ। ਠੀਕ ਹੈ, ਥੈਂਕ ਯੂ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ। 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਹੀ ਨਾ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਹੋ ਚੁੱਕੇ, ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ, ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793995956।